ਪੰਜਾਬੀ ਚ ਬਲਾਤਕਾਰ ਇੰਗਲਿਸ਼ ਚ ਰੇਪ ਕੁਛ ਵੀ ਕਹੋ ਪਰ ਹਰ ਵਾਰ ਦੁਖਨਾ ਕੁੜੀ ਨੂੰ ਹੀ ਸਹਿਣਾ ਪੈਂਦਾ ਹੈ ਕਿੱਸੇ ਤਾਂ ਤੁਸੀਂ ਬਹੁਤ ਸੁਣੇ ਹੋਣਗੇ ਜਿਸ ਦੀ ਗਿਣਤੀ ਦਿਨੋ ਦਿਨ ਵੱਧਦੀ ਜਾ ਰਹੀ ਹੈ ਜੇ ਗੱਲ ਕਰਾਂ 2018 ਦੀ ਤੇ ਸਿਰਫ ਦਿੱਲੀ ਸ਼ਹਿਰ ਚ ਹਰ ਦਿਨ 5 ਕੇਸਿਸ ਰੇਪ ਦੇ ਦਰਜ ਹੁੰਦੇ ਨੇ 2017-18 ਦੀ ਰੇਪ ਰੇਸ਼ੋ ਚ ਅੰਤਰ ਕਰਾਂ ਤਾਂ 3.03% ਦੀ ਬੜੋਤੀ ਹੋ ਗਈ ਹੈ ਲੁਧਿਆਣੇ ਸ਼ਹਿਰ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਕੁੜੀ ਨਾਲ ਗੈਂਗ ਰੇਪ ਹੋਇਆ ਸੀ ਵੀਰਵਾਰ ਨੂੰ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਤੇ DIG RS ਖੱਟਰਾ ਨੇ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਹੈ ਕਿ ਦੋਸ਼ੀਆਂ ਨੂੰ ਕਿਸੇ ਵੀ ਹਾਲਾਤ 'ਚ ਬਖਸ਼ਿਆ ਨਹੀਂ ਜਾਵੇਗਾ ਇਹੀ ਨਹੀਂ ਰਵਨੀਤ ਸਿੰਘ ਨੇ ਬਲਾਤਕਾਰ ਪੀੜਤਾ ਨੂੰ ਬਹੁਤ ਹਿੰਦੀ ਦੱਸਦੇ ਹੋਏ ਕਿਹਾ ਹੈ ਕਿ ਲੜਕੀ ਨੇ ਸਾਰੀ ਸੱਚਾਈ ਪੁਲਿਸ ਅੱਗੇ ਬਿਆਨ ਕੀਤੀ ਹੈ ਜੋ ਕਿ ਕਾਬਿਲੇ ਤਾਰੀਫ ਹੈ ਤੇ ਨਾਲ ਹੀ ਨਾਲ ਇੰਨੇ ਨਾਜ਼ੁਕ ਹਾਲਾਤ 'ਚ ਉਸਨੇ ਦੋਸ਼ੀਆਂ ਦੇ ਸਕੈਚ ਤਿਆਰ ਕਰਵਾ ਕੇ ਪੁਲਿਸ ਦੀ ਮਦਦ ਕੀਤੀ ਹੈ ਇਸ ਮੌਕੇ ਤੇ ਰਵਨੀਤ ਬਿੱਟੂ ਨੇ ਕਿਹਾ ਹੈ ਕਿ ਇਸ ਮਾਮਲੇ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ ਤੇ ਉਹਨਾਂ ਨੇ 3 ਦੋਸ਼ੀਆਂ ਨੂੰ ਤਾਂ ਫੜ ਲਿਆ ਹੈ ਤੇ ਬਾਕੀ 3 ਰਹਿੰਦੇ ਦੋਸ਼ੀਆਂ ਨੂੰ ਵੀ ਜਲਦ ਹੀ ਸਲਾਖਾਂ ਪਿੱਛੇ ਸੁੱਟਿਆ ਜਾਵੇਗਾ ਅੱਜ ਹਰ ਕੁੜੀ ਦਾ ਇੱਕੋ ਡਰ ਹੈ ਐਮ ਆਈ ਨੈਕਸਟ ਕਦੋਂ ਤੱਕ ਰੇਪ ਦਾ ਸਿਲਸਿਲਾ ਚੱਲਦਾ ਰਹੇਗਾ ਕਿਉਂ ਅੱਜ ਵੀ ਇੰਨਾ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਇਹੋ ਜਿਹੀ ਸ਼ਰਮਨਾਕ ਹਰਕਤਾਂ ਕੀਤੀ ਜਾਂਦੀਆਂ ਨੇ ਕਿ ਵਾਕਈ ਹੀ ਕੁੜੀ ਦੇ ਕੱਪੜੇ ਜਾਂ ਕੁੜੀ ਦੇ ਰਹਿਣ ਸਹਿਣ ਖਰਾਬ ਹੋਣ ਕਰਕੇ ਇਹ ਸਭ ਕੁਝ ਹੋ ਰਿਹਾ ਹੈ ਕਿ ਕੁੜੀ ਨੂੰ ਆਪਣੀ ਜ਼ਿੰਦਗੀ ਜੀਣ ਦਾ ਹੱਕ ਨਹੀਂ ਕਿਉਂ ਕੁੜੀ ਖੁੱਲ੍ਹੇਆਮ ਬਿਨਾਂ ਕਿਸੇ ਡਰ ਤੋਂ ਘੁੰਮ ਨਹੀਂ ਸਕਦੀ ਕਿਉਂ ਹਮੇਸ਼ਾ ਕੁੜੀ ਨੂੰ ਹੀ ਸਮਝਾਇਆ ਜਾਂਦਾ ਹੈ ਤੁਹਾਡੇ ਕੀਮਤੀ ਸੁਜੈਸ਼ਨ ਸਾਨੂੰ ਕਮੈਂਟਾਂ 'ਚ ਜ਼ਰੂਰ ਦੱਸੋ ਤੇ ਇਹੋ ਜਿਹੀ ਹੋਰ ਖਬਰਾਂ ਲਈ ਸਾਡੇ YouTube ਚੈਨਲ ਵਿਰਸਾ ਲਾਈਵ TV ਨੂੰ ਸਬਸਕ੍ਰਾਈਬ ਕਰੋ ਤੇ ਮੈਨੂੰ ਦੋ ਇਜਾਜ਼ਤ ਸਤਿ ਸ਼੍ਰੀ ਅਕਾਲ